الرحيم. اللهم كن وليك الحجة ابن الحسن عليه الصلاة والسلام، صلواتك عليه وعلى آبائه في هذه الساعة وفي كل ساعة، وليا وحافظا وقائدا وناصرا ودليلا، أين حتى تسكن ورزقته وتمتعه فيها طويلا. سارے دعا ماتی قبولیت واسطے بابا دے بلند صلوات پڑھو. اللہم صلی علی محمد والے محمد، محمد والے محمد دی ذات سونی صلوات چا پڑھو. سب تو پہلے دعا کرے سب میرے بھائیاں دا صف فرشا دا وچھایا لنگن یاد، خالق کائنات اپنے پاک دربار وچ قبول فرماوے. جتو جتو حسن بادشاہ دے آزاد تشریف فرمایو، مالک اللہ تورے قدم قدم دی عظیم عبادت قبول فرماوے. مختصر ٹائم دے وچ مختصر حاضری پڑھن دے ہستے تشریف فرمائے. آل محمد دی ذات تے صلوات چپڑو. میں نوکری شبیر شروع کر دیواں. اعوذ باللہ من الشیطان الرجیم. بسم اللہ الحمد لله رب العالمين، الصلاة والسلام على من كان نبيا ما دام بين الماء والتين كان بند کر کے پڑھو سین دی ذات صلوات. رو کے بیٹھیا دی اکبر سجا بسم اللہ. میں نہ کرا کوئی ابا نی اتنی ڈر لگتی ہے غریباں دے غم وچ رون دی. ارا در گل پئے گا محرم دی دیگر لٹی گئی ہے کائنات امام دی دیا. مقدر کرا منبر پئی دے حوالے کرا رو رو کے بیٹھیا دیا اکھ بھاگ سجاگ جگ مگ گئے کو سا گئی وچ من دے بیٹیا دے لگ بھاگے آخے میں کو گھرو جڑ گی مازارا دا. میں نو کرام ٹائم نہیں ہے رو رو گے بیٹیا دے لگ بھاگے سلوات پڑھو محمد و آل محمد. سلوات پڑھنا عظیم عبادت ہے، عبادت سمجھ کے سارے حضرات مل کے سلوات پڑھو. رب تعالی ظلمات ڈاڑیے بس اتنا کرام کمئی رہوے سجاد آزان دے بعد کم کیڑا کیتا ہے. آزان دے بعد نمازی سیدہ کیتا شام دے وچ اعلان میری چون سالان دی بھڑ لوگ
ਰਹਿੰਦਾ ਨੇ। ਸ਼ਾਮ ਦੀ ਗੱਲੀ ਦੇ ਵਿੱਚ ਸਜਾਦ ਰੁਨੈ ਤੇ ਰੋ ਕੇ ਪਿਆ ਦੇ ਉਹਦਾ ਕੋਈ ਨੀ ਮਈਆਤ ਚਮਾਵਣ ਵਾਲਾ ਤੁਹਾਡੇ ਸ਼ਾਰ ਚ ਮਹਿਮਾਨ ਕੋਈ ਆਨ ਸ਼ਰੀਕ ਜਨਾਜ਼ੇ ਥੀਵੇ ਮੇਰਾ ਹੋ ਗਿਆ ਬਹੁਤ ਨੁਕਸਾਨ। ਬਰ ਮੁਹੰਮਦ ਵਾਲੇ ਮੁਹੰਮਦ ਸਲਵਾਤ ਮੁਹੰਮਦ ਮਜਮਾ ਮਾਸ਼ਾਅੱਲਾ ਕਸੀਰ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਮੁਹੰਮਦ। ਇੱਕ ਬੰਦੇ ਇਜਾਜ਼ਤ ਮਿਲੀ ਹੈ ਬਸ ਇਹ ਦੁਆ ਕਰਨਾ ਖਾਲਕ ਕੈਨਾਤ ਇਮਬਾਨੀ ਮਜਲਿਸ ਸਫੇ ਮਿਥਾ ਮਾਤਮ ਵਿਸ਼ਾ ਕਬੂਲ ਫਰਮਾਵੇ ਤਮਾਮ ਮੋਮਨੀਨ ਮੋਮਨਾਤ ਦਾ ਆਇਆ ਅੱਲਾ ਕਬੂਲ ਫਰਮਾਵੇ। ਬਿਸਮਿਲ੍ਲਾਹਿ ਰਹਿਮਾਨ ਰਹੀਮ 28 ਰਜਬ 60 ਹਿਜਰੀ ਮਦੀਨਾ ਮੁਨੱਵਰਾ ਪਾਕ ਸੈਨ ਪਾਕ ਅੱਬਾਸ ਪਾਕ ਅੰਮਾ ਖੜੀਆ ਦੀ ਗਾਲੀ ਕੁਛ ਆਖਣ ਚਾਹੁੰਦੀਆਂ ਹੱਥ ਜੋੜ ਕੇ ਗਾਲੀਆ ਦੇ ਅੰਮਾ ਜਾਨ ਹੁਕਮ ਕਰੋ ਬੀਬੀਆਂ ਦੀ ਤੇਰੀਆ ਪਿਆ ਟੁਰਦਾ ਈ ਪੁੱਤਰ ਨਬੀ ਦਾ ਪੂਰਾ ਅਮਨ ਮਾਹੌਲ ਦੀਆ ਪਲੀਆ ਕੋਈ ਵੀ ਆਸਰਾ ਤੈ ਗਾਜ਼ੀ ਦਾ ਹੀ ਵੀ ਪਹਿਲਾ ਸਫ਼ਰ ਮਾਸੂਮਾਂ ਦਾ ਫਰਮਾਨ ਹੈ ਮਾ ਉਜੜੀ ਦਾ ਤੇਰੀ ਜ਼ਿੰਦਗੀ ਵਿੱਚ ਮਹਿਫੂਜ਼ ਰਹੇ ਬੁਰਕਾ ਖਾਤੂਨ ਦੀਦੀ ਨਾਰੇ ਤਕਬੀਰ ਆਪਣੇ ਆਪ ਕੋ ਥੋੜ੍ਹਾ ਨਾ ਸਮਝੋ ਖਾਲਿਕ ਅਕਬਰ ਦਾ ਨਾਂ ਉੱਚੀ ਆਵਾਜ਼ ਨਾਲ ਚਾਹੋ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਯਕ ਜ਼ੁਬਾਂ ਕੇ ਨਾਰੇ ਹੈਦਰੀ ਹੁਸੈਨੀਅਤ ਯਜ਼ੀਦੀਅਤ ਅਹਿਲ ਬੈਤ ਦੁਸ਼ਮਨ ਤੇ ਲਾਨਾਤ ਈ ਜ਼ਿਕਰ ਪਾਕ ਦੀ ਕਬੂਲੀਅਤ ਵਾਸਤੇ ਬੁਲੰਦ ਤਰ ਸਲਵਾਤ ਆਪਣੇ ਆਪਣੇ ਮਰਹੂਮੀ ਦੀ ਦਰਜਾਤ ਦੀ ਬੁਲੰਦੀ ਵਾਸਤੇ ਵੀ ਖੁੱਲ੍ਹੇ ਦਿਲ ਨਾਲ ਸਲਵਾਤ ਸਾਰੇ ਪੜ੍ਹੋ ਖੈਰੁਲ ਅਮਲ ਦਾਨ ਇਬਾਰਤ ਕਬੂਲ ਕਰ ਨਿਆਜ਼ ਹੁਸੈਨ ਤਵੱਜੋ ਇਮਾਮ ਜ਼ਮਾਨਾ ਦੀ ਅਜ਼ਮਤ ਦੀ ਰੁਪਏ ਪਹਿਨਾ ਚਾਹੁੰਦਾ ਖੈਰੁਲ ਅਮਲ ਦਾਨ ਇਬਾਰਤ ਕਬੂਲ ਕਰ ਯਾਨੀ ਦੁਆ ਬਰਾਏ ਜ਼ਿਆਰਤ ਕਬੂਲ ਕਰ ਮਜਲਿਸ ਕਰਈਏ ਮੋਮਿਨ ਤੇਰੇ ਡਾਡੇ ਹੁਸੈਨ ਦੀ ਆ ਬਾਰਵਾ ਇਮਾਮ ਸਦਾਰਤ ਕਬੂਲ ਕਰ ਨਾਰੇ ਹੈਦਰੀ ਬਸ ਮੇਰੀ ਵੱਡੀ ਸਹਿਣ ਦਾ ਜਨਾਜ਼ਾ ਤਿਆਰ ਹੈ ਹਰ ਘਰ ਦੀ ਰਸਮ ਏ ਰਿਵਾਜ ਏ ਜਿਹੜੇ ਵੇਲੇ ਜਨਾਜ਼ਾ ਤਿਆਰ ਥੀ ਵਜੇ ਨਾ ਰਿਸ਼ਤੇਦਾਰਾਂ ਕੋ ਸੱਦਾ ਵੇਲੇ ਆਓ ਟੁਰਨ ਵਾਲੇ ਦਾ ਆਖਰੀ ਮੂੰਹ ਦੇਖੋ ਬਸ ਮੇਰੇ ਇਮਾਮ ਸਾਹਿਬ ਤੋਂ ਪੱਗ ਲਾਈਏ ਜਿਹੜਾ ਵਹਿਣ ਕੀਤਾ ਉਹ ਵਹਿਣ ਕਰਨਾ ਚਾਹੀਦਾ ਰੋ ਰੋ ਕੇ ਖੜਿਆ ਦਿਨ ਮੂੰਹ ਦੇਖ ਘਿਨੋ ਤੁਸਾਂ ਅਮੜੀ ਦਾ ਮੈਂ ਬਿਸਮਿਲ ਰੋ ਰੋ ਕੇ ਮੇਰਾ ਇਮਾਮ ਅੱਜ ਖੜੇ ਮੂੰਹ ਦੇਖ ਘਿਨੋ ਤੁਸਾਂ ਅਮੜੀ ਦਾ ਬੰਦਾ ਕਫਨ ਦਿਆ ਟਾਈਮ ਕੋਈ ਨਹੀਂ ਟਾਈਮ ਕੋਈ ਨਹੀਂ ਨਿਆਜ਼ ਮੌਲਾ ਹੱਥ ਨਹੀਂ ਬਦਲੇ ਮੈਂ ਇਮਾਮ ਜੋ ਹੱਕ ਦਿੱਤੀ ਹੈ
ਮੈਂ ਸਹਿਣ ਦੇ ਮਈਅਤ ਤੇ ਕੌਣ ਕੌਣ ਆਏ ਜਵਾਬ ਸਾਹਿਬ ਸਾਰੀ ਔਲਾਦ ਆਈਏ ਇੱਕ ਆਲਿਆ ਸਹਿਣ ਮਾਂ ਦਾ ਮੂੰਹ ਦੇਖਣ ਨਹੀਂ ਆਈ ਅਲੀ ਮੌਲਾ ਉੱਚਾ ਰੁਨਨ ਆਦਨ ਹਸਨ ਬਚੜਾ ਤੁਸਾਂ ਜੋ ਆਇਓ ਮੇਰੀ ਹਯਾਵਾਂ ਤੇ ਸ਼ਰਮਾਲੀ ਦੀ ਮਾਂ ਦਾ ਮੂੰਹ ਦੇਖਣ ਕਿਉਂ ਨਹੀਂ ਆਈ ਹਸਨ ਮੌਲਾ ਉੱਚਾ ਰੁਨਾਏ ਆਦੇ ਬਾਬਾ ਕਿਆ ਦਸਾਵਾਂ ਓ ਲਾਸ਼ ਤੇ ਰਾਤ ਵੇਲੇ ਮੇਰੀ ਸਹਿਣ ਦਾ ਜਨਾਜ਼ਾ ਉੱਠਾਏ ਤੀਜੀ ਗਲੀਏ ਜਨਾਜ਼ਾ ਗਏ ਜਾਂ ਬੱਚੀ ਦੇ ਵੈਣ ਬੁਲੰਦ ਹੈ ਅਲੀ ਜੈ ਬਹਾਦੁਰ ਇਮਾਮ ਦੇ ਹੱਥੋਂ ਮੇਰੀ ਸਹਿਣ ਦੇ ਜਨਾਜ਼ੇ ਦਾ ਪਾਵਾ ਛੁੱਟ ਗਏ ਸੁਲਮਾਨ ਪੁੱਛਦੇ ਮੌਲਾ ਕਿਆ ਬਣੀ ਵੇ ਪਾਵਾ ਕਿਉਂ ਛੁੱਟ ਗਏ ਮੇਰਾ ਇਮਾਮ ਉੱਚਾ ਰੁਨਾਏ ਰੋ ਰੋ ਕੇ ਆਦੇ ਖੜਨ ਸੁਲਮਾਨ ਫਿਰਾ ਮਈਅਤ ਰੱਖ ਚਲਦੀ ਮੈਂ ਗੈਰਤ